ਹੈਲੋ ਐਵਰੀਵਨ, ਵੈਲਕਮ ਟੂ ਨਿਊ ਜੋਬ ਅਲਰਟ। ਅੱਜ ਮੈਂ ਹਾਜ਼ਰ ਹੋਇਆ ਨਵੀਆਂ ਅਸਾਮੀਆਂ ਦੀ ਨਵੀਂ ਨੋਟੀਫਿਕੇਸ਼ਨ ਦੇ ਨਾਲ। ਇਹ ਅਸਾਮੀਆਂ ਆਈਆਂ ਹਨ ਜੀ ਇੰਡੀਅਨ ਰੇਲਵੇ ਦੇ ਵਿੱਚ, ਭਾਰਤੀ ਰੇਲਵੇ ਦੇ ਵਿੱਚ ਇਹ ਅਸਾਮੀਆਂ ਆਈਆਂ ਨੇ, ਜਿਨ੍ਹਾਂ ਦੇ ਲਈ ਤੁਸੀਂ 20 ਜਨਵਰੀ 2024 ਤੋਂ ਅਪਲਾਈ ਕਰ ਸਕਦੇ ਹੋ। ਲਾਸਟ ਡੇਟ ਹੈ ਜੀ ਅਪਲਾਈ ਕਰਨ ਦੀ 19 ਫਰਵਰੀ 2024। ਟੋਟਲ ਪੋਸਟਾਂ ਦੀ ਗੱਲ ਕਰੀਏ 5796 ਪੋਸਟਾਂ ਨੇ ਜੀ। ਏਜ ਲਿਮਿਟ ਰੱਖੀ ਗਈ ਹੈ 18 ਤੋਂ 30 ਸਾਲ, ਠੀਕ ਹੈ ਜੀ। ਤਨਖਾਹ ਮਿਲਣੀ ਹੈ ਤੁਹਾਨੂੰ 19,900। ਲੈਵਲ 2 ਦੀਆਂ ਪੋਸਟਾਂ ਨੇ। ਪੋਸਟ ਦਾ ਨੇਮ ਹੈ ਜੀ ਅਸਿਸਟੈਂਟ ਲੋਕੋ ਪਾਇਲਟ। ਫਿਜ਼ੀਕਲੀ ਫਿੱਟ ਹੋਣਾ ਤੁਹਾਡਾ ਲਾਜ਼ਮੀ ਹੈ, ਅਤੇ ਤੁਹਾਡੀ ਜਿਹੜੀ ਅੱਖਾਂ ਦੀ ਨਿਗਾਹ ਨਜ਼ਰ ਹੈ ਉਹ ਹੋਣੀ ਚਾਹੀਦੀ ਹੈ 6-6, ਜਾਣੀ ਕਿ ਪੂਰੀ ਹੋਣੀ ਚਾਹੀਦੀ ਹੈ। ਉਸ ਤੋਂ ਇਲਾਵਾ ਕਲਰ ਬਲਾਈਂਡਨੈਸ ਤੁਹਾਨੂੰ ਨਹੀਂ ਹੋਣੀ ਚਾਹੀਦੀ। ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰੀਏ, 10ਵੀਂ ਪਾਸ ਹੋਣਾ ਲਾਜ਼ਮੀ ਹੈ। ਕੋਈ ਵੀ ITI ਦੀ ਡਿਗਰੀ, ITI ਦਾ ਸਰਟੀਫਿਕੇਟ ਹੋਵੇ, NCVT ਜਾਂ SCVT, ਫਿਟਰ ਇਲੈਕਟ੍ਰੋਨਿਕ ਕੋਈ ਵੀ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਜਾਂ ਤੁਹਾਡੇ ਕੋਲ ਡਿਪਲੋਮਾ 3 ਸਾਲ ਦਾ ਤਾਂ ਵੀ ਅਪਲਾਈ ਕਰ ਸਕਦੇ ਹੋ, ਜਾਂ ਡਿਗਰੀ ਹੈ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਅਤੇ ਅਲੱਗ ਅਲੱਗ ਕਾਸਟ ਦੇ ਹਿਸਾਬ ਨਾਲ ਛੂਟ ਵੀ ਦਿੱਤੀ ਗਈ ਹੈ ਜੀ। ਅਤੇ ਜਿਹੜਾ ਮੂਡ ਆਫ ਸਿਲੈਕਸ਼ਨ ਹੈ, ਸਿਲੈਕਸ਼ਨ ਤੁਹਾਡੀ ਕਿਵੇਂ ਹੋਣੀ ਹੈ, ਉਹ ਕੰਪਿਊਟਰ ਬੇਸਡ ਇੱਕ ਟੈਸਟ ਲਿਆ ਜਾਣਾ, ਉਸਦੇ ਆਧਾਰ 'ਤੇ ਤੁਹਾਡੀ ਸਿਲੈਕਸ਼ਨ ਹੋਣੀ ਹੈ। ਅਤੇ RRB ਦੀ ਓਫੀਸ਼ੀਅਲ ਵੈਬਸਾਈਟ 'ਤੇ ਜਾ ਕੇ, ਰੇਲਵੇ ਬੋਰਡ ਦੀ ਓਫੀਸ਼ੀਅਲ ਵੈਬਸਾਈਟ 'ਤੇ ਜਾ ਕੇ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ। ਤਾਂ ਡੈਟਸ ਆਲ ਗਾਈ, ਜੇ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ। ਧੰਨਵਾਦ।